ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਸੀ ਟੀਵੀ ਤੇ ਮੈਸਰਵੇ ਖਬਰਾਂ ਦੇ ਬੁਲੇਟਿਨ ਤੁਹਾਡਾ ਪੁੱਛ ਸਵਾਗਤ ਹੈ ਪੇਸ਼ਾਨ ਦੇਸ਼ ਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਚੈਨੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਹੈਰਿਸ ਨੇ ਸੋਖਾ ਦੇ ਕਿ ਉਸ ਦਾ ਪ੍ਰਸ਼ਾਸਨ ਬਾਈਡਨ ਦਾ ਨਿਰੰਤਰ ਨਹੀਂ ਹੋਵੇਗਾ ਕੈਨਾ ਦੇ ਵਿੱਚ 1 ਲੱਖ 3000 ਪਾਰਟੀ ਵਿਦਿਆਰਥੀਆਂ ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ ਅਮਰੀਕੀ ਰਾਸ਼ਪਤੀ ਚੌਨ ਕਮਲ ਹਾਰਿਸ ਨੂੰ ਲੱਗਾ ਵੱਡਾ ਝਟਕਾ ਵੱਸ ਸਕਦੀ ਹਨ ਭਾਰਤ ਦੀਆਂ ਮੁਸ਼ਕਲਾਂ ਪੰਜ ਪੁਆਇੰਟਾਂ ਦੇ ਆਕੇ ਖੜੀ ਗੱਲ ਅਮਰੀਕਾ ਦੇ ਹਿਊਸਟਨ ਚ ਵੱਡਾ ਹਵਾਈ ਹਾ ਸਾ ਟਾਵਰ ਦੇ ਨਾਲ ਟਕਰਾਇਆ ਹੈਲੀਕਾਪਟਰ ਚਾਰ ਲੋਕਾਂ ਦੀ ਮੌਤ ਇਸ ਦੇਸ਼ ਵਿੱਚ ਪੈਦਲ ਚੱਲਣ ਵਾਲੇ ਲੋਕਾਂ ਤੇ ਲੱਗਿਆ ਭਾਰੀ ਜੁਰਮਾਨਾ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਇਸ ਨਾਲ ਹੀ ਦੇਸ਼ ਵਿਦੇਸ਼ਾ ਜੁੜੀਆਂ ਹੋਈਆਂ तमाम ਖਬਰਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋ ਖਾਦੀ ਕੇ ਉर्जा ਪ੍ਰਸ਼ਾਸਨ ਰਾਸ਼ਟਰਪਤੀ ਜੋ ਬਾਈਡਨ ਦਾ ਨਿਰੰਤਰ ਨਹੀਂ ਹੋਵੇਗਾ ਹੈਰਿਸ ਨੂੰ ਮਾਲਵਨ ਪنسਿਲਵੇਨੀਆ ਦੇ ਵਿੱਚ ਸੰਚਾਲਕ ਸਾਰਾਹ ਲੋングਵੈਲ ਦੁਆਰਾ ਰਿਪਬਲਿਕਨ ਸਾਬਕਾ ਰਿਪਬਲਿਕਨ ਰਿਪਲਿਸ ਚੈਨੀ ਨਾਲ ਗੱਲਬਾਤ ਦੌਰਾਨ ਪੁੱਛਿਆ ਗਿਆ ਸੀ ਕਿ ਰਾਸ਼ਟਰਪਤੀ ਵੱਜੋ ਪੰਨਾ ਮੋੜਨ ਦੀ ਉਸ ਦੀਆਂ ਸੋਹਾਂ ਦਾ ਕੀ ਅਰਥ ਹੈ ਉਸ ਦੌਰਾਨ ਉਪ ਰਾਸ਼ਟਰਪਤੀ ਨੇ ਜਵਾਬ ਦਿੱਤਾ ਕਿ ਠੀਕ ਹੈ ਸਭ ਤੋਂ ਪਹਿਲਾਂ ਮੈਂ ਇਹ ਕਹਾਂਗੀ ਕਿ ਇਹ ਇੱਕ ਅਲੰਕਾਰ ਹੈ ਜੋ ਕਿ ਲੀਡਰਸ਼ਿਪ ਦੀ ਨਵੀਂ ਪੀੜੀ ਨੂੰ ਸ਼ੁਰੂ ਕਰਨ ਦੇ ਮੇਰੇ ਇਰਾਦੇ ਦਾ ਵਰਣਨ ਕਰਨ ਲਈ ਵੀ ਹੈ ਅਤੇ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਉਪ ਰਾਸ਼ਟਰਪਤੀ ਨੇ ਅੱਗੇ ਵੀ ਕਿਹਾ ਕਿ ਮੇਰਾ ਬਾਈਡਨ ਪ੍ਰਸ਼ਾਸਨ ਦਾ ਨਿਰੰਤਰਤ ਨਹੀਂ ਹੋਵੇਗਾ ਯਾਨੀ ਕਿ ਮੇਰਾ ਕਾਰਜਕਾਲ ਉਹਨਾਂ ਦੇ ਨਿਰੰਤਰ ਨਹੀਂ ਚੱਲੇਗਾ ਉਹਨਾਂ ਨੇ ਕਿਹਾ ਮੈਂ ਇਸ ਵਿੱਚ ਆਪਣੇ ਖੁਦ ਦੇ ਵਿਚਾਰ ਰੱਖਾਂਗੀ ਆਪਣੇ ਤਜਰਬੇ ਲਿਆਵਾਂਗੀ ਪਰ ਇਹ ਪਿਛਲੇ ਪਾਸੇ ਜਾਣ ਬਾਰੇ ਵੀ ਹੈ ਸਪਸ਼ਟ ਤੌਰ ਤੇ ਮੇਰੇ ਖਿਆਲ ਵਿੱਚ ਡੋਨਲਡ ਰਮ ਦੁਆਰਾ ਪ੍ਰਭਾਵਿਤ ਅਮਰੀਕੀ ਪਾਸ਼ੰਦ ਦਾ ਆਖਰੀ ਧਾਗਾ ਰਿਹਾ ਹੈ ਇਸ ਰੂਪੇ ਦੇ ਨਾਲ ਜਿਸਾ ਪ੍ਰਭਾਵ ਪਿਆ ਹੈ ਇਹ ਸੁਝਾਅ ਦੇਣ ਲਈ ਕਿ ਸਾਨੂੰ ਅਮਰੀਕਨ ਹੋਣ ਦੇ ਨਾਤੇ ਇੱਕ ਦੂਜੇ ਤੇ ਉਂਗਲ ਉਠਾਉਣੀ ਚਾਹੀਦੀ ਦੀ ਹੈ ਜੋ ਰਾਸ਼ਟਰਪਤੀ ਦੀ ਸ਼ਕਤੀ ਦੀ ਵਰਤੋਂ ਸਾਨੂੰ ਬਦਨਾਮ ਕਰਨ ਅਤੇ ਵੰਡਣ ਲਈ ਕਰ ਰਿਹਾ ਹੈ ਸੋ ਉਹਨਾਂ ਦੇ ਉਂਗਲ ਉਠਾਉਣਾ ਕੋਈ ਗਲਤ ਕੰਮ ਨਹੀਂ ਹੈ ਉਦੋਂ ਹੀ ਮਿਨੀ ਸੋਟਾ ਦੇ ਗਵਰਨਰ ਟਿੰਵਾਲਜ਼ ਨੇ ਕਿਹਾ ਕਿ ਇੱਕ ਸੰਭਾਵੀ ਹੈਰਿਸ ਪ੍ਰਸ਼ਾਸਨ ਦੇ ਤਹਿਤ ਬਾਈਡਨ ਪ੍ਰਸ਼ਾਸਨ ਦੇ ਮੁਕਾਬਲੇ ਬਜ਼ੁਰਗਾਂ ਲਈ ਮੈਡੀਕਰ ਵਿਸਤਾਰ ਅਤੇ ਕਾਰ ਦੀ ਦੇਖਭਾਲ ਦੇ ਲਾਭਾਂ ਨੂੰ ਵਕਰੇ ਟੰਗ ਦੇ ਨਾਲ ਸੰਭਾਲਿਆ ਜਾਵੇਗਾ ਇੱਕ ਇੰਟਰਵਿਊ ਦੌਰਾਨ ਵਾਲਜ਼ ਨੇ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਕਿਤੇ ਗਏ ਇੱਕ ਨੀਤੀਗਤ ਫੈਸਲੇ ਵੱਲ ਇਸ਼ਾਰਾ ਕਰਨ ਲਈ ਕਿਹਾ ਗਿਆ ਸੀ ਜੋ ਇੱਕ ਸੰਭਾਵੀ ਹੈਰਿਸ ਪ੍ਰਸ਼ਾਸਨ ਅਧਿਨ ਵਕਰੇ ਟੰਗ ਨਾਲ ਕੀਤਾ ਗਿਆ ਸੀ ਉਸਨੇ ਮਹਾਮਾਰੀ ਤੋਂ ਬਾਅਦ ਦੀ ਆਰਥਿਕਤਾ ਤੇ ਪ੍ਰਬੰਧਨ ਲਈ ਬਾਈਡਨ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ ਉਧਰ ਉਦਾਹਰਨ ਵਜੋਂ ਮੈਡੀਕੇਅਰ ਅਤੇ ਹੋਰ ਨੀਤੀਆਂ ਨੂੰ ਦੇਖਭਾਲ ਆਰਥਿਕਤਾ ਤੇ ਕੇਂਦ੍ਰਿਤ ਕਰਨ ਤੇ ਵਿਸਤਾਰ ਦੇ ਹੈਰਿਸ ਦੇ ਪ੍ਰਸਤਾਵ ਦਾ ਹਵਾਲਾ ਵੀ ਦਿੱਤਾ ਕੈਨੇਡਾ ਦੇ ਵਿੱਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੇ ਪਰਮਿਟ 31 ਨੂੰ ਖਤਮ ਹੋਣ ਵਾਲੇ ਹਨ। ਇਸ ਸਥਿਤੀ ਦੇ ਖਿਲਾਫ ਬ੍ਰੈਂਟਨ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿਸਤਾਰ ਦੀ ਮੰਗ ਕਰ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਉਹ ਦੇਸ਼ ਨਿਕਾਲੇ ਦੇ ਡਰੋਂ 29 ਅਗਸਤ ਤੋਂ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਹਨ। ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿਸਤਾਰ, ਸਥਾਈ ਨਿਵਾਸ ਲਈ ਉਚਿਤ ਨੀਤੀ ਅਤੇ ਸ਼ੋਸ਼ਣ ਵਿਰੁੱਧ ਆਪਣੀਆਂ ਮੰਗਾਂ ਰੱਖ ਰਹੇ ਹਨ। ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਯੰਗ ਸਟੂਡੈਂਟ ਨੈਟਵਰਕ ਦੇ ਵਿਕਰਮ ਸਿੰਘ ਕਰ ਰਹੇ ਹਨ ਅਤੇ ਇਸ ਨੂੰ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਦਾ ਵੀ ਸਮਰਥਨ ਮਿਲਿਆ ਹੈ ਉਧਰ ਹੀ ਐਮਬੀਐਸਓ ਯਾਨੀ ਕਿ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਕਨਵੀਨਰ ਨੇ ਕਿਹਾ ਕਿ ਲਗਭਗ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਖਤਰੇ ਵਿੱਚ ਹਨ ਕਿਉਂਕਿ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ 31 ਦਸੰਬਰ ਨੂੰ ਖਤਮ ਹੋ ਜਾਵੇਗੀ ਉਹ ਕੈਨੇਡਾ ਦੇ ਵਿੱਚ ਰਹਿਣ ਲਈ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਮੰਗ ਕਰ ਰਹੇ ਹਨ ਹਾਲਾਂਕਿ ਪਿਛਲੇ 1 ਸਾਲ ਦੌਰਾਨ ਭਾਰਤ ਅਤੇ ਕੈਨੇਡਾ ਦੇ ਧਿਆਨ ਮਹਾਂਪੂਰਨ ਸਬੰਧਾਂ ਨੇ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਵਿੱਚ ਬੇਲੋੜਾ ਡਰ ਪੈਦਾ ਕੀਤਾ ਹੈ ਐਮਵਾਈਐਸਓ ਦੇ ਇੱਕ ਹੋਰ ਆਗੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿੱਚ ਨੌਜਵਾਨ ਵਿਦਿਆਰਥੀ ਸਤਾਈ ਨਿਵਾਸ ਲਈ ਸੰਘਰਸ਼ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਨਾ ਤਾਂ ਭਾਰਤ ਸਰਕਾਰ ਦਾ ਕੋਈ ਅਧਿਕਾਰੀ ਅਤੇ ਨਾ ਹੀ ਕੈਨੇਡੀਅਨ ਸਰਕਾਰ ਦਾ ਕੋਈ ਨੁਮਾਇੰਦਾ ਇਨ੍ਹਾਂ ਸੰਘਰਸ਼ੀਲ ਵਿਦਿਆਰਥੀਆਂ ਪ੍ਰਤੀ ਕੋਈ ਚਿੰਤਾ ਦਿਖਾ ਰਿਹਾ ਹੈ ਇਸੇ ਬਜਾਏ ਦੋਵਾਂ ਦੇਸ਼ਾਂ ਦੇ ਆਗੂ ਹਰਦੀਪ ਸਿੰਘ ਨਿੱਜ ਦੇ ਕਤਲ ਨੂੰ ਲੈ ਕੇ ਸਿਆਸਤ ਖੇਡ ਰਹੇ ਹਨ ਅਮਰੀਕਾ ਚ ਰਾਸ਼ਟਰਪਤੀ ਚੋਣਾਂ ਚ ਸਿਰਫ 2 ਹਫਤੇ ਬਾਕੀ ਹਨ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਤਾਜ਼ਾ ਚੋਣ ਸਰਵੇਖਣ ਵਿੱਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਸਾਬਕਾ ਪ੍ਰਸ਼ਧਪਤੀ ਕਮਲਾ ਹੈਰਿਸ ਨੂੰ ਪਿੱਛੇ ਛੱਡ ਦਿੱਤਾ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਡਿਸੀਜਨ ਡੈਸਕ ਧਿਲ ਦੇ ਤਾਜ਼ਾ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ ਚ ਜਿੱਤ ਦੇ ਮਾਮਲੇ ਚ ਡੋਨਲਡ ਟਰੰਪ ਹੁਣ ਕਮਲਾ ਹੈਰੀਸੋ 4 ਫੀਸਦੀ ਅੱਗੇ ਹਨ ਡੋਨਲਡ ਟਰੰਪ ਦੀ ਜਿੱਤ ਦੀ ਸੰਭਾਵਨਾ ਹੁਣ 52 ਫੀਸਦੀ ਹੈ ਜਦਕਿ ਕਮਲਾ ਹੈਰੀਜ਼ ਦੀ ਜਿੱਤ ਦੀ ਸੰਭਾਵਨਾ ਹੁਣ ਸਿਰਫ 48 ਫੀਸਦੀ ਹੈ ਭਾਵੇਂ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਚ ਕਮਲਾ ਹੈਰੀਸ ਥੋੜਾ ਅੱਗੇ ਨਿਕਲ ਗਏ ਹਨ ਪਰ ਨਤੀਜਾ ਅਜੇ ਸਪਸ਼ਟ ਨਹੀਂ ਹੈ ਇਸ ਵਾਰ ਰਾਸ਼ਟਰਪਤੀ ਕੌਣ ਬਣੇਗਾ ਇਹਦਾ ਫੈਸਲਾ ਅਮਰੀਕਾ ਦੇ ਸਵਿੰਗ ਰਾਜ ਕਰਨਗੇ ਟਰੰਪ ਨੂੰ ਵਿਸਕਾਂਤ ਅਤੇ ਮਿਸ਼ੀਗਨ ਵਿੱਚ ਇੱਕ ਕਿਨਾਰਾ ਮਿਲਦਾ ਨਜ਼ਰ ਆ ਰਿਹਾ ਨਾਲ ਹੀ ਐਰੀਜ਼ੋਨਾ ਜਾਰਜੀਆ ਅਤੇ ਉਤਰੀ ਕੈਰੋਲਿਨਾ ਵਿੱਚ 트ੰਪ ਦੀ ਪਹਿਲਾ ਦੀ ਬੜਤ ਬਰਕਰਾਰ ਹੈ ਹਾਲਾਂਕਿ ਸੱਤ ਚੋਣ ਰਾਜਾ ਨਿਵਾਡਾ ਐਰੀਜ਼ੋਨਾ ਜਾਰਜੀਆ ਉਤਰੀ ਕੈਰੋਲਿਨਾ ਪੈਂਸਿਲਵੇਨੀਆ ਮਿਸ਼ੀਗਨ ਅਤੇ ਵਿਸਕਾਂਸਿਨ ਵਿੱਚ ਚੋਣ ਨਤੀਜੇ ਕੁਝ ਵੀ ਹੋ ਸਕਦੇ ਹਨ ਭਾਰਤ ਕੈਨੇਡਾ ਵਿਚਾਲੇ جاری ਤਣਾਅ ਵਿਚਕਾਰ ਉੱਥੇ ਜਾਣ ਵਾਲੇ ਅਤੇ ਉੱਥੇ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕੈਨੇਡਾ ਦੀ ਜਸਟਨ ਟੂਰੋ ਸਰਕਾਰ ਦਾ ਭਾਰਤ ਨਾਲ ਕੂਟਨੀਤਿਕ ਵਿਵਾਦ ਮੌਜੂਦਾ ਸਮੇਂ ਸਿਖਰ ਤੇ ਹੈ ਵਿਵਾਦ ਕਾਰਨ ਕੈਨੇਡਾ ਦੇ ਵਿੱਚ ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਇਮੀਗ੍ਰੇਸ਼ਨ ਮਾਰਕ ਅਤੇ ਮੌਕਿਆਂ ਵਿੱਚ ਵਿਘਨ ਪੈਣ ਦਾ ਖਤਰਾ ਹੈ ਟੂਰੋ ਦੀ ਲਿਬਰਲ ਪਾਰਟੀ ਦੇ ਸਮਰਥਨ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਹੈ ਅਜਿਹੇ ਚ ਉਹਨਾਂ ਦੀ ਸਰਕਾਰ ਆਪਣਾ ਅਕਸ ਸੁਧਾਰਨ ਲਈ ਭਾਰਤ ਖਿਲਾਫ ਸਖਤ ਰੁਖ ਜਾਰੀ ਰੱਖ ਸਕਦੀ ਹੈ ਜਿਸ ਨਾਲ ਉੱਥੇ ਰਹਿੰਦੇ ਭਾਰਤੀ ਕਾਮਿਆਂ ਤੇ ਅਸਰ ਪੈਣ ਦਾ ਖਤਸ਼ਾ ਹੈ ਭਾਰਤੀ ਕਾਮਿਆਂ ਤੇ ਪ੍ਰਭਾਵ ਪੈਣ ਦਾ ਇਹ ਬਹੁਤ ਵੱਡਾ ਇੱਕ ਕਾਰਨ ਹੈ ਭਾਰਤੀ ਕਾਮੇ ਕੈਨੇਡਾ ਦੇ ਹੁਨਰਮੰਦ ਕਰਮਚਾਰੀਆਂ ਦਾ ਵੱਡਾ ਹਿੱਸਾ ਹਨ ਖਾਸ ਤੌਰ ਤੇ ਆਈਟੀ ਸੀਐਸੰਬਾਲ ਇੰਜੀਨੀਅਰਿੰਗ ਅਤੇ ਵਿੱਤ ਵਰਗੇ ਖੇਤਰਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਭਾਰਤ ਦੇ ਤਜਰਬੇਕਾਰ ਪੇਸ਼ੇਵਰਾਂ ਲਈ ਚੋਟੀ ਦਾ ਸਥਾਨ ਬਣ ਗਿਆ ਹੈ ਪਰ ਕੂਟਨੀਤਿਕ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧ ਇਸ ਤੇ ਅਸਰ ਪਾ ਸਕਦੇ ਹਨ ਕੈਨੇਡਾ ਨੇ ਹਾਲੀ ਦੇ ਵਿੱਚ ਵਿਦੇਸ਼ੀ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਉਦੇਸ਼ ਨਾਲ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਬਦਲਾਅ ਕੀਤਾ ਹੈ ਉਧਰ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਵਿਵਾਦ ਦਾ ਹੁਣ ਤੱਕ ਭਾਰਤੀ ਕਾਮਿਆਂ ਤੇ ਸੀਮਿਤ ਪ੍ਰਭਾਵ ਪਿਆ ਹੈ ਪਰ ਜੇਕਰ ਇਹ ਰੁਕਾਵਟ ਲੰਬੇ ਸਮੇਂ ਤੱਕ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਵਰਕ ਪਰਮਿਟ ਵੀਜ਼ਾ ਨਵਾਂ ਅਤੇ ਸਥਾਈ ਨਿਵਾਸ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਅਰਜ਼ੀਆਂ ਦੇ ਨਿਪਟਾਰੇ ਲਈ ਪ੍ਰਕਿਰਿਆ ਦਾ ਸਮਾਂ ਵੱਸ ਸਕਦਾ ਹੈ ਅਤੇ ਸਖਤ ਜਾਂਚ ਕੀਤੀ ਜਾ ਸਕਦੀ ਹੈ ਉਦੋਂ ਹੀ ਕੂਟਨੀਤਿਕ ਵਿਵਾਦ ਕਾਰਨ ਸੰਭਾਵੀ ਪ੍ਰਵਾਸੀ ਜਵ ਵਰਕ ਪਰਮਿਟ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੀਜ਼ਾ ਮਨਜ਼ੂਰੀ ਦੇ ਮਾਮਲੇ ਵਿੱਚ ਕਾਪਟਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਰਿਸ਼ਤੇ ਵਿਗੜਦੇ ਰਹਿੰਦੇ ਹਨ ਤਾਂ ਕੈਨੇਡਾ ਭਾਰਤੀ ਕਾਮਿਆਂ ਤੇ ਸਖਤ ਨਿਯੰਤਰਣ ਲਗਾ ਸਕਦਾ ਹੈ ਦੇਸ਼ ਵਿੱਚ ਪੇਸ਼ੇਵਰਾਂ ਦੇ ਪ੍ਰਵਾਹ ਨੂੰ ਸੀਮਿਤ ਕਰ ਸਕਦਾ ਹੈ ਉਦੋਂ ਹੀ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਵੱਡੀ ਆਬਾਦੀ ਹੈ ਕਿਉਂਕਿ ਇਹ ਭਾਰਤੀ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਮੰਜ਼ਿਲ ਬਣ ਗਿਆ ਹੈ 2023 ਤੱਕ ਲਗਭਗ 3 ਲੱਖ 20 ਹਜ਼ਾਰ ਭਾਰਤੀ ਵਿਦਿਆਰਥੀ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਦਾਖਲ ਹੋਣਗੇ ਡਿਪਲੋਮੈਟਿਕ ਤਨਾ ਕਾਰਨ ਵਿਦਿਆਰਥੀ ਵੀਜ਼ਾ ਦੀ ਮਨਜ਼ੂਰੀ 'ਚ ਦੇਰੀ ਹੋ ਸਕਦੀ ਹੈ ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਸਿੱਧੇ ਤੌਰ ਤੇ ਰੱਦ ਕਰ ਦਿੱਤਾ ਜਾਵੇਗਾ ਪਰ ਤਣਾਅ ਕਾਰਨ ਦਾਖਲਾ ਪ੍ਰਕਿਰਿਆਵਾਂ ਵਿੱਚ ਦੇਰੀ ਹੋ ਸਕਦੀ ਹੈ ਇਸ ਨਾਲ ਹੀ ਜੇਕਰ ਕੋਟਨਿਤਿਕ ਤਣਾਅ ਜਾਰੀ ਰਹਿੰਦਾ ਹੈ ਤਾਂ ਵਪਾਰਕ ਆਦਾਨ ਪ੍ਰਦਾਨ ਸयुक्त ਉਦਮ ਅਤੇ ਭਾਰਤੀ ਅਤੇ ਕੈਨੇਡੀਅਨ ਕੰਪਨੀਆਂ ਨੂੰ ਸ਼ਾਮਲ ਕਰਨ ਵਾਲੀ ਕਾਰਪੋਰੇਟ ਪਾਈ ਵਾਲੀ ਹੋਲੀ ਹੋ ਸਕਦੀ ਹੈ ਇਸ ਨਾਲ ਆਈਟੀ ਦੂਰ ਸੰਚਾਰ ਅਤੇ ਸਲਾਹ مشوره ਵਰਗੇ ਖੇਤਰਾ ਵਿੱਚ ਕੈਨੇਡੀਅਨ ਕੰਪਨੀਆਂ ਲਈ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਲਈ ਨੌਕਰੀ ਦੇ ਮੌਕੇ ਘਟ ਸਕਦੇ ਹਨ ਵਿਆਪਕ ਆਰਥਿਕ ਪਾਈ ਵਾਲੀ ਸਮਝੌਤਾ ਜਿਸ ਤੇ ਭਾਰਤ ਅਤੇ ਕੈਨੇਡਾ ਚਰਚਾ ਕਰ ਰਹੇ ਹਨ ਉਸ ਨੂੰ ਰੋਕਿਆ ਜਾ ਸਕਦਾ ਹੈ ਅਮਰੀਕਾ ਦੇ ਟੈਕਸਾਸ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋ ਗਿਆ ਜਿੱਥੇ ਐਤਵਾਰ ਨੂੰ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਇੱਕ ਰੇਡੀਓ ਟਾਵਰ ਵੀ ਤਬਾਹ ਹੋ ਗਿਆ ਮੇਅਰ ਜੌਨ ਵਿਟਮਾਇਰ ਨੇ ਮੀਡੀਆ ਨੂੰ ਦੱਸਿਆ ਕਿ ਹੈਲੀਕਾਪਟਰ ਐਲਿੰਗਟਨ ਫੀਲਡ ਤੋਂ ਉਡਾਨ ਭਰਨ ਤੋਂ ਠੀਕ ਪਹਿਲਾਂ ਸ਼ਹਿਰ ਦੇ ਡਾਊਨਟਾਊਨ ਦੇ ਪੂਰਬ ਵਿੱਚ ਹਿਊਸਟਨ ਦੇ ਦੂਜੇ ਵਾਰਡ ਵਿੱਚ ਡਿੱਗ ਗਿਆ ਉਹਨਾਂ ਨੂੰ ਇਸੀ ਮੰਜ਼ਿਲ ਦਾ ਪਤਾ ਨਹੀਂ ਸੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਰੋਬੀਸਨ ਹੈਲੀਕਾਪਟਰ ਦੇ ਹਾਦਸੇ ਦੀ ਜਾਂਚ ਕਰ ਰਿਹਾ ਹੈ। ਹਿਊਸਟਨ ਦੇ ਪੁਲਿਸ ਮੁਖੀ ਨੇ ਵੀ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਪ੍ਰਾਈਵੇਟ ਹੈਲੀਕਾਪਟਰ ਵਿੱਚ ਇੱਕ ਬੱਚੇ ਸਮੇਤ 4 ਲੋਕ ਸਵਾਰ ਸਨ। ਉਹਨਾਂ ਨੇ ਕਿਹਾ ਕਿ ਹੈਲੀਕਾਪਟਰ ਜਾ ਤਾਂ ਕੇਬਲ ਜਾਂ ਟਾਵਰ ਨਾਲ ਟਕਰਾ ਗਿਆ ਇਸ ਕਰਕੇ ਹਾਦਸਾ ਵਾਪਰ ਗਿਆ। ਉਹਨਾਂ ਨੇ ਕਿਹਾ ਜਿੰਨਾ ਤੱਕ ਅਧਿਕਾਰੀਆਂ ਨੂੰ ਪਤਾ ਹੈ ਹਾਦਸੇ ਸਮੇਂ ਜ਼ਮੀਨ 'ਤੇ ਕੋਈ ਨਹੀਂ ਸੀ। ਪੀੜਤਾ ਦੀ ਪਛਾਣ ਅਤੇ ਉਮਰ ਅਜੇ ਜਾਰੀ ਨਹੀਂ ਕੀਤੀ ਗਈ। ਨਿਊਜ਼ ਏਜੰਸੀ ਦੇ ਅਨੁਸਾਰ ਚਾਰ ਵਿਚਮਾਇਰ ਨੇ ਕਿਹਾ ਕਿ ਨੀਡਲੈਸ ਸਟੇਸ਼ਨ ਤੇ ਫਾਇਰਫਾਈਟਰਸ ਨੇ ਕ੍ਰੈਸ਼ ਦੀ ਆਵਾਜ਼ ਸੁਣੀ ਅਤੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਇਲਾਕਾ ਨਿਵਾਸੀ ਸੁਰੱਖਿਤ ਹਨ ਪਰ ਕਈ ਮੌਤਾਂ ਦੇ ਨਾਲ ਇੱਕ ਭਿਆਨਕ ਹਾਦਸਾ ਹੋਇਆ ਜਿੱਥੇ ਟਾਵਰ ਅਤੇ ਹੈਲੀਕਾਪਟਰ ਤਬਾਹ ਹੋ ਗਏ। ਉਹਨਾਂ ਨੇ ਵੀ ਕਿਹਾ ਕਿ ਕੁਝ ਇਲਾਕਾ ਵਾਸੀਆਂ ਦੀ ਬਿਜਲੀ ਬੰਦ ਹੋ ਗਈ। ਵਿਚਮਾਇਰ ਨੇ ਕਿਹਾ ਕਿ ਰਿਹائشਾਂ ਨਾਲ ਕਿਰਿਆ ਹੋਇਆ ਇਲਾਕਾ ਹੈ ਅਤੇ ਅਸੀਂ ਬਹੁਤ ਖੁਸ਼ਕਿਸਮਤ ਸੀ ਕਿ ਇਹ ਇੱਕ ਦਿਸ਼ਾ ਜਾਂ ਦੂਜੇ ਪਾਸੇ ਨਹੀਂ ਡਿੱਗਿਆ। ਫਾਇਰ ਚੀਫ ਥਾਮਸ ਦੇ ਅਨੁਸਾਰ ਅੱਗ ਨੇ ਕਾਦ ਇੱਕ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਪਰ ਕਿਸੇ ਵੀ ਨੇੜਲੇ ਨਿਵਾਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਸਿਰਫ ਟਾਵ ਨੂੰ ਨੁਕਸਾਨ ਪਹੁੰਚਾਇਆ ਹੈ ਸੈਕਟਰ ਅਰਬ ਅਮੀਰਾਤ ਵਿੱਚ ਦੁਬਈ ਇੱਕ ਅਜੀਹਾ ਸ਼ਹਿਰ ਹੈ ਜੋ ਆਪਣੇ ਗਲੈਮਰ ਲਗਜ਼ਰੀ ਜੀਵਨ ਸ਼ੈਲੀ ਉੱਚੀਆਂ ਇਮਾਰਤਾਂ ਤੇ ਬੇਅੰਤ ਦੌਲਤ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਪਰ ਇਸ ਸਭ ਤੋਂ ਇਲਾਵਾ ਇਹ ਸ਼ਹਿਰ ਆਪਣੇ ਸਖਤ ਕਾਨੂੰਨਾਂ ਲਈ ਵੀ ਜਾਣਿਆ ਜਾਂਦਾ ਹੈ ਕਈ ਵਾਰ ਇਹਦੇ ਕਾਨੂੰਨ ਇੰਨੇ ਸਖਤ ਹੁੰਦੇ ਹਨ ਕਿ ਜਦੋਂ ਦੂਜੇ ਦੇਸ਼ਾਂ ਦੇ ਲੋਕ ਇਸ ਬਾਰੇ ਸੁਣਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਅਜੀਹਾ ਇੱਕ ਮਾਮਲਾ ਦੁਬਈ ਵਿੱਚ ਟ੍ਰੈਫਿਕ ਕਾਨੂੰਨਾਂ ਦੀ ਸਖਤੀ ਨੂੰ ਲੈ ਕੇ ਸਾਹਮਣੇ ਆਇਆ ਹੈ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਲੋਕਾਂ ਨੂੰ ਆਮ ਤੌਰ ਤੌਰ ਤੇ ਗਲਤ ਡਰਾਈਵਿੰਗ ਜਾਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਤੇ ਚਲਾਨ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਦੁਬਈ ਵਿੱਚ ਵੀ ਪੈਦਲ ਚੱਲਣ ਵਾਲਿਆਂ ਤੇ ਵੀ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਦਬਾਅ ਪਾਇਆ ਜਾਂਦਾ ਹੈ ਗਲਫ ਨਿਊਜ਼ ਮੁਤਾਬਕ ਦੁਬਈ ਪੁਲਿਸ ਸਟੇਸ਼ਨ ਨੇ ਖਤਰਨਾਕ ਤਰੀਕੇ ਨਾਲ ਸੜਕ ਪਾਰ ਕਰਨ ਅਤੇ ਟ੍ਰੈਫਿਕ ਸਿਗਨਲ ਦੀ ਅਣਦੇਖੀ ਕਰਨ ਤੇ 37 ਲੋਕਾਂ ਨੂੰ ਜੁਰਮਾਨਾ ਲਗਾਇਆ ਉਨਰ ਦੇ ਤਾਸਰ ਯੂਏਈ ਦਰਮਦਾਰ ਜੁਰਮਾਨਾ ਲਗਾਇਆ ਗਿਆ ਹੈ ਇਸ ਸਾਲ ਦੀ ਸ਼ੁਰੂਆਤ ਤੋਂ ਦੁਬਈ ਦੇ ਟ੍ਰੈਫਿਕ ਕਾਨੂੰਨ ਦੇ ਤਹਿਤ ਬਿਨਾ ਇਜਾਜ਼ਤ ਵਾਲੀ ਜਗ੍ਹਾ ਤੋਂ ਸੜਕ ਪਾਰ ਕਰਨ ਜਾਂ ਟ੍ਰੈਫਿਕ ਸਿਗਨਲ ਤੋੜਨ ਤੇ 400 ਯੂਏਈ ਦਰਮਦਾਰ ਜੁਰਮਾਨਾ ਲਗਾਇਆ ਜਾਂਦਾ ਹੈ ਦੁਬਈ ਦਾ ਕਾਨੂੰਨ ਜੈ ਵਾਕਿੰਗ ਤੇ ਸਖਤ ਹੈ ਜੈ ਵਾਕਿੰਗ ਦਾ ਮਤਲਬ ਹੈ ਕਿ ਬਿਨਾ ਇਜਾਜ਼ਤ ਜਾਂ ਨਿਰਧਾਰਿਤ ਜਗ੍ਹਾ ਤੋਂ ਸੜਕ ਪਾਰ ਕਰਨਾ ਜਦੋਂ ਕੋਈ ਵਿਅਕਤੀ ਟ੍ਰੈਫਿਕ ਸਿਗਨਲ ਜਾਂ ਜ਼ੈਬਰਾ ਕ੍ਰੋਸਿੰਗ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਸੜਕ ਵਿੱਚ ਕਾਲ ਜੈ ਜਹੀ ਜਗਤੋ ਸੜਕ ਪਾਰ ਕਰਦਾ ਹੈ ਜਿੱਥੇ ਕ੍ਰੋਸਿੰਗ ਦੀ ਇਜਾਜ਼ਤ ਨਹੀਂ ਹੈ ਤਾਂ ਇਸ ਨੂੰ ਜੈ ਵਾਕਿੰਗ ਕਿਹਾ ਜਾਂਦਾ ਹੈ ਪਿਛਲੇ ਸਾਲ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ ਦੁਬਈ ਪੁਲਿਸ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਜੈ ਵਾਕਿੰਗ ਤੇ ਘਾਤਕ ਨਤੀਜੇ ਹੋ ਸਕਦੇ ਹਨ ਪਿਛਲੇ ਸਾਲ ਜੈ ਵਾਕਿੰਗ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਉਹਨਾਂ ਲਈ ਜ਼ਖਮੀ ਹੋ ਗਏ ਸਾਂ ਉਧਰ ਹੀ ਨਿਊਜ਼ ਅਨੁਸਾਰ 2023 ਵਿੱਚ 44000 ਤੋਂ ਵੱਧ ਲੋਕਾਂ ਨੂੰ ਜੈਬ ਵਾਕਿੰਗ ਲਈ ਜੁਰਮਾਨਾ ਕੀਤਾ ਗਿਆ ਦੁਬਈ ਪੁਲਿਸ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸੜਕ ਪਾਰ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ਪਾਰ ਕਰਨ ਦਾ ਸਹੀ ਤਰੀਕਾ ਅਪਣਾਉਣ ਅਤੇ ਉਦੋਂ ਹੀ ਸੜਕ ਪਾਰ ਕਰਨ ਜਦੋਂ ਸੜਕ ਤੇ ਕੋਈ ਵਾਹਨ ਨਾ ਹੋਵੇ ਦੱਸਦੀ ਹੈ ਕਿ ਦੁਬਈ ਟ੍ਰੈਫਿਕ ਕੋਰਟ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਇੱਕ ਅਰਬ ਡਰਾਈਵਰਾਂ ਤੇ 2000 ਯੂਏਈ ਦ੍ਰਾਮ ਦਾ ਜੁਰਮਾਨਾ ਲਗਾਇਆ ਜਦਕਿ ਅਸ਼ੀਆਈ ਪੈਦਲ ਯਾਤਰੀਆਂ ਤੇ ਬਿਨਾਂ ਇਜਾਜ਼ਤ ਦੇ ਸੜਕ ਪਾਰ ਕਰਨ ਤੇ 400 ਯੂਏਈ ਦ੍ਰਾਮ ਦਾ ਜੁਰਮਾਨਾ ਲਗਾਇਆ ਗਿਆ ਕਰਨਾਟਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਹੀ ਪਾਰਟੀ ਵਿੱਚ ਕਿਤੇ ਹੋਈ ਨਜ਼ਰ ਆ ਰਹੇ ਹਨ ਟਰੂਡੋ ਦੀ ਅਗਵਾਈ ਨੂੰ ਲੈ ਕੇ ਪਾਰਟੀ ਵਿੱਚ ਅਸੰਤੁਸ਼ਟੀ ਵੱਧਦੀ ਜਾ ਰਹੀ ਹੈ ਟਰੂਡੋ ਦੀ ਖੁਦ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਹੀ ਉਸ ਖਿਲਾਫ ਰਣਨੀਤੀ ਬਣਾ ਰਹੇ ਹਨ ਇਸ ਕਾਰਨ ਲਿਬਰਲ ਕੋਕਸ ਦੇ ਅੰਦਰ ਟਰੂਡੋ ਨੂੰ ਪਾਰਟੀ ਦੇ ਨੇਤਾ ਵੱਜੋਂ ਅਸਤੀਫਾ ਦੇਣ ਦੀ ਅਪੀਲ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਅਫਵਾਹਾਂ ਫੈਲ ਰਹੀਆਂ ਹਨ ਪਰ ਲਿਬਰਲ ਸੰਸਦ ਮੈਂਬਰ ਜਨ ਤੱਕ ਤੌਰ ਤੇ ਕਹਿ ਰਹੇ ਹਨ ਕਿ ਇਹ ਅਜੇ ਵੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਹਾਊਸ ਆਫ ਕਾਮਰਸ ਕੈਲੰਡਰ ਵਿੱਚ ਇੱਕ ਹਫਤੇ ਦੇ ਵਿਰਾਮ ਤੋਂ ਬਾਅਦ ਸੰਸਦ ਮੈਂਬਰ ਸੋਮਵਾਰ ਨੂੰ ਓਟਾਵਾ ਪਰਤ ਆਏ ਟਰੂਡੋ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਅੰਦੋਲਨ ਦੀਆਂ ਰਿਪੋਰਟਾਂ ਜਨ ਤੱਕ ਹੋਣ ਤੋਂ ਬਾਅਦ ਲਿਬਰਲ ਕਾਕਸ ਪਹਿਲੀ ਵਾਰ ਹਫਤੇ ਦੇ ਅੱਧ ਵਿੱਚ ਮਿਲਣ ਲਈ ਤਿਆਰ ਹਨ ਸੋਮਵਾਰ ਨੂੰ ਸੰਸਦ ਦੇ ਹਾਲ ਵਿੱਚ ਕੁਝ ਲਿਬਰਲ ਨੇ ਆਉਣ ਵਾਲੇ ਮੁਸ਼ਕਲ ਸਮੇਂ ਨੂੰ ਸਭ ਕਾਰ ਕੀਤਾ ਇਨੋਵੇਸ਼ਨਜ਼ ਮੰਤਰੀ ਨੇ ਇਹ ਕਿਹਾ ਹੈ ਕਿ ਨਿਸ਼ਚਿਤ ਤੌਰ ਤੇ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਸਾਨੂੰ ਹੱਲ ਕਰਨ ਦੀ ਜ਼ਰੂਰਤ ਹੈ ਅਸੀਂ ਹਫਤੇ ਦੇ ਅੰਤ ਵਿੱਚ ਕਾਕਸ ਵਿੱਚ ਉਹਨਾਂ ਨੂੰ ਹੱਲ ਕਰਨ ਜਾ ਰਹੇ ਹਾਂ ਸ਼ੈਪਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇੱਕ ਟੀਮ ਦੇ ਰੂਪ ਵਿੱਚ ਅਸੀਂ ਹੁਣ ਸਭ ਤੋਂ ਵਧੀਆ ਕੰਮ ਕਰ ਸਕਦੇ ਹਾਂ ਅਤੇ ਉਹ ਆਪਣੇ ਸਾਥੀਆਂ ਦੀ ਗੱਲ ਸੁੰਣਾ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਸੁਣਨ ਅਤੇ ਚਿੰਤਾਵਾਂ ਨੂੰ ਸਮਝਣ ਦਾ ਇੱਕ ਪਲ ਹੈ ਸੀਬੀਸੀ ਸਮੇਤ ਕਈ ਨਿਊਜ਼ ਆਊਟਲੈਟਸ ਨੇ ਰਿਪੋਰਟ ਦਿੱਤੀ ਹੈ ਕਿ ਕੁਝ ਲਿਬਰਲ ਮੈਂਬਰ ਟਰੂਰੋ ਨੂੰ ਇੱਕ ਪੱਤਰ ਪੇਸ਼ ਕਰਨ ਦੀ ਉਮੀਦ ਰੱਖਦੇ ਹਨ ਜਿਸ ਤੇ ਕੌਂਕੇਸ ਮੈਂਬਰਾਂ ਦੁਆਰਾ ਦਸਤਕਤ ਕੀਤੇ ਗਏ ਹਨ ਜਿਸ ਵਿੱਚ ਉਹਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਹੈ ਪਿਛਲੇ ਹਫਤੇ ਕਈ ਸੂਤਰਾਂ ਨੇ ਕਿਹਾ ਕਿ ਘੱਟੋ ਘੱਟ 20 ਸੰਸਦ ਮੈਂਬਰਾਂ ਨੇ ਦਸਤਾਵੇਜ਼ੇ ਦਸਤਕਤ ਕੀਤੇ ਹਨ ਉੱਧਰ ਟਰੂਡੋ ਨੇ ਵਾਰ-ਵਾਰ ਕਿਹਾ ਹੈ ਕਿ ਉਹ ਅਗਲੀਆਂ ਚੋਣਾਂ ਤੱਕ ਲੀਡਰ ਵਜੋਂ ਬਣੇ ਰਹਿਣ ਦੀ ਯੋਜਨਾ ਬਣਾ ਰਹੇ ਹਨ ਕੁਝ ਲਿਬਰਲ ਸੰਸਦ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਵੋਟਰ ਟਰੂਡੋ ਦੇ ਸੰਦੇਸ਼ ਨੂੰ ਅਣਸੁਨਾ ਕਰ ਰਹੇ ਹਨ ਉਹ ਦੋ ਜ਼ਿਮਨੀ ਚੋਣ ਹਾਰਾਂ ਅਤੇ 20 ਪੁਆਇੰਟਾਂ ਪੋਲਿੰਗ ਕਾਟੇ ਤੋਂ ਬਾਹਰ ਨਿਕਲਣ ਵਿੱਚ ਪਾਰਟੀ ਦੀ ਸਪਸ਼ਟ ਅਸਮਰਥਾ ਵੱਲ ਇਸ਼ਾਰਾ ਕਰਦੇ ਹਨ ਕਿਊਬਿਕ ਸਿਟੀ ਦੇ ਸੰਸਦ ਨੇ ਦਰਜੀ ਦੇ ਦੇ ਹਨ ਕਿ ਲਿਪਾਟੀ ਅੰਦਰੂਨੀ ਤੌਰ ਤੇ ਇਹ ਵਿਚਾਰ ਵੰਟਾਦਰਾ ਕਰੇ ਉਦਦੇ ਸੋਮਵਾਰ ਨੂੰ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਇਕਲਰਕ ਸੋਸ਼ਲ ਮੀਡੀਆ ਤੇ ਆਪਣੀ ਗੱਲ ਰੱਖੀ ਹੈ ਉਹਨਾਂ ਨੇ ਲਿਖਿਆ ਕਿ ਮੈਂ ਮਾਨ ਵਾਲੀ ਲਿਬਰਲ ਵੋਟਰ ਹਾਂ ਰਜਿਸਟਰਡ ਲਿਬਰਲ ਅਤੇ ਸਾਬਕਾ ਲਿਬਰਲ ਪ੍ਰੀਮੀਅਰ ਹਾਂ ਪ੍ਰਧਾਨ ਮੰਤਰੀ ਨੂੰ ਆਪਣੀ ਲੀਡਰਸ਼ਿਪ ਬਾਰੇ ਕੋਈ ਵੀ ਫੈਸਲਾ ਆਪਣੇ ਤੌਰ ਤੇ ਲੈਣ ਦਾ ਅਧਿਕਾਰ ਹੈ ਅਮਰੀਕਾ ਦੇ ਸਿਆਟਲ ਸ਼ਹਿਰ ਦੇ ਦੱਖਣ ਪੂਰਬ ਵਿੱਚ ਇੱਕ ਕਾਰ ਦੇ ਅੰਦਰ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਿੰਗ ਕਾਉਂਟੀ ਸ਼ਹਿਰੀ ਦੇ ਦਫ਼ਤਰ ਦੇ ਬੁਲਾਰੇ ਮਾਈਕ ਨੇ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਲੋਕਾਂ ਨੇ ਸਵੇਰੇ 5 ਵਜੇ ਦੇ ਕਰੀਬ ਪੁਲਿਸ ਨੂੰ ਫੋਨ ਕਰਕੇ ਵਾਸ਼ਿੰਗਟਨ ਰਾਜ ਦੇ ਫਾਲ ਸਿਟੀ ਵਿੱਚ ਗੋਲੀਬਾਰੀ ਦੀ ਸੂchnਾ ਦਿੱਤੀ। ਮੈਲਿਸ ਨੇ ਕਿਹਾ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਜਦ ਕੀ ਗੋਲੀਬਾਰੀ ਵਿੱਚ ਜ਼ਖਮੀ ਹੋਏ ਇੱਕ ਹੋਰ ਨੌਜਵਾਨ ਨੂੰ ਸੇਚਲ ਤੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਜਦੋਂ ਪੁਲਿਸ ਘਰ ਵਿੱਚ ਦਾਖਲ ਹੋਈ ਤਾਂ ਉਹਨਾਂ ਨੂੰ 5 ਜਾਨਿਆਂ ਦੀਆਂ ਲਾਸ਼ਾਂ ਮਿਲੀਆਂ ਇਹਨਾਂ ਵਿੱਚ ਦੋ ਬਾਲਗ ਅਤੇ ਤਿੰਨ ਨੌਜਵਾਨ ਸਨ ਅਜੇ ਤੱਕ ਕਿਸੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਮੈਲਿਸ ਨੇ ਕਿਹਾ ਕਿ ਗੋਲੀਬਾਰੀ ਵਿੱਚ ਇੱਕੋ ਪਰਿਵਾਰ ਦੇ ਮੈਂਬਰ ਸ਼ਾਮਲ ਸਨ ਉਹਨਾਂ ਨੇ ਵੀ ਕਿਹਾ ਕਿ ਇਸ ਘਟਨਾ ਨਾਲ ਪਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਨੂੰ ਗ੍ਰਿਫਤਾਰ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ ਹੈ ਅਮਰੀਕਾ ਦੇ ਇੱਕ ਚੋਟੀ ਦੇ ਫੌਜੀ ਅਧਿਕਾਰੀ ਨੇ ਕਿਹਾ ਕਿ ਉਤਰੀ ਫਿਲੀਪੀਨਸ 'ਚ ਇੱਕ ਮੱਧਮ ਦੂਰੀ ਦੀ ਮਿਜ਼ਾਈਲ ਪ੍ਰਣਾਲੀ ਦੀ ਹਾਲੀ 'ਚ ਤੈਨਾਤੀ ਬਹੁਤ ਹੀ ਮਹੱਤਵਪੂਰਨ ਹੈ। ਇਸ ਨਾਲ ਅਮਰੀਕਾ ਅਤੇ ਫਿਲੀਪੀਨਸ ਦੀਆਂ ਫੌਜਾਂ ਨੂੰ ਅਜਿਹੇ ਭਾਰੀ ਹਥਿਆਰਾਂ ਨੂੰ ਤੈਨਾਤ ਕਰਨ ਦੀ ਸਮਰਥਾ ਮਿਲੇਗੀ। ਏਸ਼ੀਆ 'ਚ ਸੰਭਾਵੀ ਐਪਲੀਕੇਸ਼ਨ ਲਈ ਸਯੁਕਤ ਸਿਖਲਾਈ ਨੂੰ ਸਮਰਥ ਬਣਾਉਂਦਾ ਹੈ। ਅਮਰੀਕਾ ਦੇ ਜੋ ਬਾਈਡਨ ਪ੍ਰਸ਼ਾਸਨ ਹੈ, ਤਾਈਵਾਨ ਅਤੇ ਏਸ਼ੀਆ ਦੇ ਹੋਰ ਵਿਵਾਦਿਤ ਖੇਤਰਾਂ 'ਚ ਸੰਭਾਵੀ ਸੰਘਰਸ਼ ਸਮੇਤ ਕਿਸੇ ਵੀ ਸਥਿਤੀ 'ਚ ਚੀਨ 더 ਬਿਹਤਰ ਮੁਕਾਬਲਾ ਕਰਨ ਲਈ ਹਿੰਦ ਪਰਸ਼ਾਂਤ ਖੇਤਰ ਚ ਫੌਜੀ ਗੱਡਜੋੜ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ ਪਿਛਲੇ ਸਾਲ ਦੱਖਣੀ ਚੀਨ ਸਾਗਰ ਚੀਨ ਦੇ ਨਾਲ ਵਧਦੇ ਵਿਵਾਦ ਦੇ ਮੱਦੇ ਨਜ਼ਰ ਫਿਲੀਪੀਨਸ ਨੇ ਵੀ ਆਪਣੀ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕੀਤਾ ਹੈ। ਚੀਨ ਨੇ ਏਸ਼ੀਆ 'ਚ ਅਮਰੀਕਾ ਦੀ ਵਧਰੀ ਫੌਜੀ ਮੌਜੂਦਗੀ ਦਾ ਸਖਤ ਵਿਰੋਧ ਕੀਤਾ ਹੈ ਪਰ ਉਹ ਖਾਸ ਤੌਰ ਤੇ ਅਮਰੀਕੀ ਫੌਜ ਦੁਆਰਾ ਫਿਲੀਪੀਨੀਆਂ ਫੌਜਾਂ ਦੇ ਨਾਲ ਸਾਂਝੇ ਅਭਿਆਸਾਂ ਦੇ ਹਿੱਸੇ ਵਜੋਂ ਅਪ੍ਰੈਲ 'ਚ ਉਤਰੀ ਫਿਲੀਪੀਨਸ 'ਚ ਟਾਈਫੂਨ ਮਿਜ਼ਾਈਲ ਪ੍ਰਣਾਲੀ ਦੀ ਤਾਇਨਾਤੀ ਤੋਂ ਚਿੰਤਿਤ ਹੈ। ਟਾਈਫੂਨ ਮਿਜ਼ਾਈਲ ਸਿਸਟਮ ਸੱਤਾ ਤੇ ਅਧਾਰਿਤ ਤਿਆਰ ਹੈ ਜੋ ਸਟੈਂਡਰਡ ਮਿਜ਼ਾਈਲ 6 ਅਤੇ ਮਹਾਕ ਲੈਂਡ ਅਟੈਕ ਮਿਜ਼ਾਈਲ ਨਕੋਲੀ ਮਾਰਨ ਦੇ ਸਮਰਥ ਹੈ ਇਹ ਪੁੱਛਿਆ ਜਾਂਦਾ ਕਿ ਫਿਲੀਪੀਨਸ ਦੇ ਟਾਈਫੂਨ ਮਿਜ਼ਾਈਲ ਪ੍ਰਣਾਲੀ ਨੇ ਸਖਤ ਅਭਿਆਸ ਚ ਹਿੱਸਾ ਲੈਣ ਵਾਲੀਆਂ ਫੌਜਾਂ ਦੀ ਕਿਵੇਂ ਮਦਦ ਕੀਤੀ ਹਵਾਈ ਚਤਨਾਦ 25ਵੀਂ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਿੰਗ ਜਨਰਲ ਮਾਰਕਸ ਨੇ ਕਿਹਾ ਕਿ ਇਹ ਸਮੂਹਿਕ ਤੌਰ ਤੇ ਕੀ ਕਰਦਾ ਹੈ ਸਾਨੂੰ ਇਹ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ ਉਹ ਸੰਭਾਵਨਾਵਾਂ ਕਿਵੇਂ ਵਰਤੇ ਜਾਵੇ ਇੱਥੇ ਵਾਤਾਵਰਣ ਦੀਆਂ ਚੁਣੌਤੀਆਂ ਵਿੱਚ ਖੇਤਰ ਜ ਕਿਸੇ ਵੀ ਹੋਰ ਥਾਂ ਤੇ ਮੁਕਾਬਲੇ ਬਹੁਤ ਅਵਿਲੱਖਣ ਹਨ किंग चार्ल्स ਦੇ ਆਸਟ੍ਰੇਲੀਆ ਸੰਸਦ ਦੇ ਦੌਰੇ ਦੌਰਾਨ ਕੁਝ ਅਜੀਬ ਵਾਪਰਿਆ ਜਿਸ ਨੇ ਉੱਥੇ ਦੇ ਲੋਕ ਹੈਰਾਨ ਕਰ ਦਿੱਤੇ। ਕਿੰਗ ਚਾਰਲਸ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪਹੁੰਚਿਆ ਹੀ ਸੀ ਕਿ ਅਚਾਨਕ ਇੱਕ ਸੰਸਦ ਮੈਂਬਰ ਲੀਜੀਆ ਥੋਰਪੇ ਨੇ ਉਹਨਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਬਾਕੀ ਲੋਕ ਉਸ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਏ। ਕਿੰਗ ਚਾਰਲਸ ਦੇ ਪਾਸ਼ੇ ਤੋਂ ਬਾਅਦ ਥੋਰਪ ਨੇ ਅਚਾਨਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਇਹ ਤੁਹਾਡੀ ਜ਼ਮੀਨ ਨਹੀਂ ਹੈ ਸਾਡੀ ਜ਼ਮੀਨ ਵਾਪਸ ਦਿਓ। ਦਰਅਸਲ ਆਜ਼ਾਦੀ ਦੇ 123 ਸਾਲਾਂ ਬਾਦ ਵੀ ਆਸਟ੍ਰੇਲੀਆ ਅਜੇ ਤੱਕ ਗਨਰਾਜ ਨਹੀਂ ਬਣ ਸਕਿਆ ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ ਨੇ ਰਾਜਸ਼ਾਹੀ ਦਾ ਵਿਰੋਧ ਕਰਦਿਆ ਕਿਹਾ ਤੁਸੀਂ ਸਾਡੇ ਰਾਜਾ ਨਹੀਂ ਹੋ ਅਤੇ ਨਾ ਹੀ ਇਹ ਜ਼ਮੀਨ ਤੁਹਾਡੀ ਹੈ ਉਸ ਦੀ ਨਾਰਾਵਾਜ਼ੀ ਕਾਰਨ ਕਿੰਗ ਚਾਰਲਸ ਨੂੰ ਆਪਣਾ ਭਾਸ਼ਣ ਰੋਕਣਾ ਪਿਆ ਇਸ ਬਾਅਦ ਸੁਰੱਖਿਆ ਕਰਮੀਆਂ ਨੇ ਥੋਰਪ ਨੂੰ ਬਾਹਰ ਕੱਢਿਆ ਦੱਸ ਦਈਏ ਕਿ ਆਸਟ੍ਰੇਲੀਆ ਲਗਭਗ ਇੱਕ ਸਦੀ ਤੋਂ ਬ੍ਰਿਟੇਨ ਦੀ ਬਸਤੀ ਰਿਆ ਹੈ 1901 ਵਿੱਚ ਆਸਟ੍ਰੇਲੀਆ ਵਿੱਚ ਇੱਕ ਸੁਤੰਤਰ ਸਰਕਾਰ ਬਣੀ ਪਰ ਬ੍ਰਿਟਿਸ਼ ਰਾਜਵੰਸ਼ ਨਾਲ ਹੋਏ ਸਮਝੌਤੇ ਤਹਿਤ ਇੱਕੋ ਦਾ ਰਾਜਾ ਕਿੰਗ ਚਾਰਲਸ ਹੈ। ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆ ਅਜੇ ਤੱਕ ਪੂਰਨ ਗਣਰਾਜ ਨਹੀਂ ਬਣ ਸਕਿਆ। ਫਿਲਹਾਲ ਚਾਰਲਸ 9 ਦਿਨਾਂ ਦੇ ਅਧਿਕਾਰਤ ਦੌਰੇ ਤੇ ਆਸਟ੍ਰੇਲੀਆ ਚ ਹਨ। ਪਿਛਲੇ ਸਾਲ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥੋਰਪ ਨੇ ਰਾਜਸ਼ਾਹੀ ਦਾ ਵਿਰੋਧ ਕੀਤਾ। 2022 ਵਿੱਚ ਸੋਚ ਚੁੱਕਣ ਤੋਂ ਬਾਅਦ ਹਿਊਸ ਨੇ ਬਾਅਦ ਵੀ ਉਸਨੇ ਮਹਾਰਾਣੀ ਐਲਿਜ਼ਾਬੈਥ ਦਾ ਵਿਰੋਧ ਕੀਤਾ ਸੀ ਉਸ ਸਮੇਂ ਆਸਟ੍ਰੇਲੀਆ ਦੇ ਰਾਜ ਦੇ ਮੁਖੀ ਸਨ ਉਹਨਾਂ ਨੇ ਮਹਾਰਾਣੀ ਐਲਿਜ਼ਾਬੈਥ ਦੇ ਨਾਂ ਤੇ ਸੋਚ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿੰਗ ਚਾਰਲਸ ਅਤੇ ਮਹਾਰਾਣੀ ਕੈਮੀਲਾ ਸੋਮਵਾਰ ਨੂੰ ਰਾਸ਼ਟਰੀ ਰਾਜਾ ਨੇ ਕੈਨਬਰਾ ਪਹੁੰਚੇ ਚਾਰਲਸ ਕੈਂਸਰ ਦਾ ਇਲਾਜ ਕਰਵਾ ਰਹੇ ਹਨ ਜਿਸ ਕਾਰਨ ਉਹਨਾਂ ਦੀ ਯਾਤਰਾ ਦਾ ਸਮਾਂ ਛੋਟਾ ਕਰ ਦਿੱਤਾ ਗਿਆ ਚਾਰਲਸ ਦੀ ਆਸਟ੍ਰੇਲੀਆ ਦੀ 17ਵੀਂ ਫੇਰੀ ਹੈ ਅਤੇ 2022 ਵਿੱਚ ਬ੍ਰਿਟੇਨ ਦੇ ਬਾਦਸ਼ਾਹ ਬਨਨ ਤੋਂ ਬਾਅਦ ਇਹ ਉਸ ਦੀ ਪਹਿਲੀ ਯਾਤਰਾ ਹੈ ਅਮਰੀਕਾ ਦੇ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਅਮਰੀਕੀ ਹਸਪਤਾਲ ਵਿੱਚ ਚਮਤਕਾਰ ਦੇਖਣ ਨੂੰ ਮਿਲਿਆ ਇੱਕ ਮਰੀਜ਼ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਅਤੇ ਡਾਕਟਰ ਉਸ ਦਾ ਦਿਲ ਕੱਢਣ ਦੀ ਤਿਆਰੀ ਕਰ ਰਹੇ ਸਨ ਫਿਰ ਮਰੀਜ਼ ਅਚਾਨਕ ਜ਼ਿੰਦਾ ਹੋ ਗਿਆ ਅਤੇ ਉਸ ਨੇ ਆਪਣੇ ਹੱਥਾਂ ਪੈਰਾਂ ਨੂੰ ਜ਼ੋਰ ਸ਼ੋਰ ਦੇ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਇਹ ਨਜ਼ਾਰਾ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਇਹ ਮਾਮਲਾ ਅਮਰੀਕਾ ਦੇ ਕੈਂਟਕੀ ਸਥਿਤ ਬੈਪਟਿਸਟ ਹੈਲਥ ਰਿਚਮਨ ਹਸਪਤਾਲ ਦਾ ਹੈ 36 ਸਾਲ ਦੇ ਥਾਮਸ ਟੀਜ਼ੇ ਨੂੰ ਨਸ਼ੇ ਦੀ ਓਵਰਡੋਸ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਕਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾ ਨਸ਼ੇ ਲੈਣ ਕਾਰਨ ਥਾਮਸ ਦਾ ਦਿਮਾਗ ਮਰ ਗਿਆ ਹੈ ਅਤੇ ਹੁਣ ਉਹ ਕਦੇ ਵੀ ਜਾਗ ਨਹੀਂ ਸਕੇਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬ੍ਰੇਨ ਡੈਡ ਕੀ ਹੈ ਅਸਲ ਵਿੱਚ ਬ੍ਰੇਨ ਡੈਡ ਦੀ ਸਥਿਤੀ ਵਿੱਚ ਮਰੀਜ਼ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਦਿਮਾਗ ਮਰ ਜਾਂਦਾ ਹੈ ਅਜਿਹੇ ਸਿੱਧੀ ਵਿੱਚ ਮਰੀਜ਼ ਦਾ ਸਰੀਰ ਗਰਮ ਰਹਿੰਦਾ ਹੈ ਅਤੇ ਦਿਲ ਵੀ ਟੜਕਦਾ ਹੈ ਪਰ ਦਿਮਾਗ ਦੇ ਮਰਨ ਤੋਂ ਬਾਅਦ ਸਰੀਰ ਵੀ ਅੱਧਾ ਮਰਿਆ ਹੋਇਆ ਹੁੰਦਾ ਹੈ ਅਦੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਆਮ ਤੌਰ ਤੇ ਬ੍ਰੇਨ ਡੈਡ ਮਰੀਜ਼ਾ ਦੇ ਦਿਲ ਦੀ ਸਰਜਰੀ ਕੀਤੀ ਜਾਂਦੀ ਹੈ ਅਜਿਹੇ ਲੋਕਾਂ ਨੂੰ ਹੀ ਦਿਲ ਦੀ ਸਰਜਰੀ ਲਈ ਚੁਣਿਆ ਜਾਂਦਾ ਹੈ ਥੋਮਸ ਜੇ ਬ੍ਰੇਨ ਡੈਡ ਹੋਣ ਤੋਂ ਬਾਅਦ ਡਾਕਟਰ ਵੀ ਉਸ ਦਾ ਦਿਲ ਕੰਡਰਾ ਚਾਹੁੰਦੇ ਸਨ ਪਰ ਸਰਜਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਥੋਮਸ ਜ਼ਿੰਦਾ ਹੋ ਗਿਆ ਮੀਡੀਆ ਰਿਪੋਰਟਾਂ ਮੁਤਾਬਿਕ ਆਈ ਸੀ ਯੂ ਵਿੱਚ ਆਪਰੇਸ਼ਨ ਦੌਰਾਨ ਥੋਮਸ ਦੇ ਹੱਥ ਵਹਿਲਣੇ ਸ਼ੁਰੂ ਹੋ ਗਏ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਥੋਮਸ ਰੋ ਰਿਹਾ ਸੀ ਉਸੇ ਜਾਗਦੇ ਹੀ ਸਰਜਰੀ ਰੱਦ ਕਰ ਦਿੱਤੀ ਗਈ ਹੁਣ ਥੋਮਸ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਆਪਣੀ ਪੈਂਡੋਨਾ ਦਿਨਾਲ ਰਹਿੰਦਾ ਹੈ ਤੋ ਮਜ਼ੀ ਯਾਦਸ਼ ਪੂਰੀ ਤਰ੍ਹਾਂ ਵਾਪਸ ਨਹੀਂ ਆਈ ਹੈ ਉਸ ਨੂੰ ਤੁਰਨ ਫਿਰਨ ਅਤੇ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਉਹ ਜ਼ਿੰਦਾ ਹੈ ਪੂਰਬੀ ਲਬਨਾਨ ਦੇ ਸ਼ਹਿਰ ਬਾਲਬੇਕ 'ਚ ਇੱਕ ਕਾਰ ਤੇ ਇਜ਼ਰਾਈਲੀ ਡਰੋਨ ਹਮਲੇ 'ਚ ਸੋਮਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ ਲਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਇਹ ਕਿਹਾ ਕਿ ਇੱਕ ਇਜ਼ਰਾਈਲੀ ਡਰੋਨ ਨੇ ਮਦ ਬਾਲਬੇਕ ਦੇ ਨਬੀ ਇਨਾਮ ਇਲਾਕੇ ਵਿੱਚ ਕਾਰ ਨੂੰ ਨਿਸ਼ਾਨਾ ਬਣਾਇਆ ਸਿਨਹੂਆ ਨਿਊਜ਼ ਏਜੰਸੀ ਦੇ ਦੱਸਿਆ ਕਿ ਮਰਨ ਵਾਲਿਆਂ ਚ ਔਰਤਾਂ ਤੇ ਬੱਚੇ ਸ਼ਾਮਲ ਹਨ ਇਸ ਦੌਰਾਨ ਕਿਹਾ ਗਿਆ ਹੈ ਕਿ ਸਿਵਲ ਡਿਫੈਂਸ ਟੀਮਾਂ ਨੇ ਲਾਸ਼ਾਂ ਨੂੰ ਬਰਾਮਦ ਕੀਤਾ ਜਦਕਿ ਲਬਨਾਨੀ ਰੈੱਡ ਕਰਾਸ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭੇਜਿਆ ਹੈ ਇਸ ਦੌਰਾਨ ਹਿਜ਼ਬੁੱਲਾ ਨੇ ਇੱਕ ਬਿਆਨ ਛਿਆ ਹੈ ਕਿ ਉਸਨੇ ਦਖਨੀ ਲਬਨਾਨ ਚ ਇਜ਼ਰਾਈਲੀ ਫੌਜ ਨਾਲ ਗੋਲੀਬਾਰੀ ਦੌਰਾਨ ਐਤਵਾਰ ਸ਼ਾਮ ਨੂੰ ਇੱਕ ਇਜ਼ਰਾਈਲੀ ਹਰਮੇਸ 900 ਡਰੋਨ ਨੂੰ ਡੇਕ ਦਿੱਤਾ ਸਮੂਹ ਨੇ ਨੋਟ ਕੀਤਾ ਕਿ ਇਹ 8 ਅਕਤੂਬਰ 2023 ਤੋਂ ਬਾਅਦ ਦਕਨੀ ਅਤੇ ਪੂਰਬੀ ਲਬਨਾਨ 'ਚ ਡੇਗਿਆ ਗਿਆ ਨੋਵਾ ਡਰੋਨ ਸੀ ਇਸ ਦੇ ਇਲਾਵਾ ਬਕਰੇ ਬਿਆਨ ਵਿੱਚ ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਸੋਮਵਾਰ ਨੂੰ ਇਜ਼raਇਲੀ ਬਲਾਂ ਨੂੰ ਨਿਸ਼ਾਨਾ ਬਣਾ ਕੇ ਖਾਲਦ ਤਵਾਰ ਦੇ ਖੇਤਰ 'ਚ ਰਾਕਟ ਸਲਵੋਸ ਲਾਂਚ ਕੀਤਾ ਸੀ 23 ਨਵੰਬਰ ਤੋਂ ਇਜ਼ਰਾਈਲੀ ਫੌਜ ਨੇ ਲਬਨਾਨ ਤੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਜਿਸ ਨਾਲ ਹਿਜ਼ਬੁੱਲਾ ਦੇ ਨਾਲ ਖਤਰਨਾਕ ਪਾਦਾ ਹੋਇਆ ਹੈ ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਇਹ ਸਰਹੱਦ ਦੇ ਪਾਰ ਇੱਕ ਸੀਮਿਤ ਜ਼ਮੀਨੀ ਕਾਰਵਾਈ ਸੀ ਇਸ ਦੌਰਾਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਉਦੇਸ਼ ਹਿਜ਼ਬੁੱਲਾ ਦੀਆਂ ਸਮਰਥਾਵਾਂ ਨੂੰ ਅਪਾਹਜ ਕਰਨਾ ਸੀ ਯੂਕੇ ਦੇ ਵੇਲਜ਼ ਦੇ ਲੈਨਬ੍ਰਿਨ ਮੇਅਰ ਦੇ ਵਿੱਚ ਇੱਕ ਭਿਆਨਕ ਸੜਕਾ ਸਵਪ੍ਰਿਆ ਟ੍ਰੈਕ ਤੇ ਦੋ ਰੇਨਾਂ ਵਿਚਾਲੇ ਆਮੋਲ ਸਾਹਮਣੇ ਟੱਕਰ ਹੋ ਗਈ ਅਚਾਨਕ ਦੋਵੇਂ ਰੇਨਾਂ ਇੱਕ ਟ੍ਰੈਕ ਤੇ ਇੱਕ ਦੂਜੇ ਦੇ ਸਾਹਮਣੇ ਆ ਗਈਆਂ ਅਤੇ ਦੋਵੇਂ ਟਕਰਾ ਗਈਆਂ ਟੱਕਰ ਹੁੰਦੇ ਹੀ ਯਾਤਰੀਆਂ 'ਚ ਰੋਲਾ ਪੈ ਗਿਆ ਡਰਾਈਵਰ ਉੱਥੇ ਹੀ ਬੇਹੋਸ਼ ਹੋ ਗਿਆ ਇੱਕ ਯਾਤਰੀ ਨੂੰ ਦਿਲ ਦਾ ਦੌਰਾ ਪਿਆ ਡਰਾਈਵਰ ਦੇ ਸਿਰ ਤੇ ਸੱਟ ਲੱਗੀ ਅਤੇ ਕਾਫੀ ਖੂਨ ਵਹਿ ਗਿਆ ਯਾਤਰੀਆਂ ਨੇ ਫੋਨ ਕਰਕੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੂਚਨਾ ਮਿਲਦੇ ਹੀ ਪੁਲਿਸ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਹਾਦਸੇ ਵਾਲੀ ਥਾਂ ਤੇ 에ਅਰ ਐਂਬੂਲੈਂਸ ਵੀ ਪਹੁੰਚ ਗਈ ਪੁਲਿਸ ਅਤੇ ਬਚਾਅ ਦਲ ਨੇ ਯਾਤਰੀਆਂ ਨੂੰ ਬਚਾਇਆ ਅਤੇ ਟ੍ਰੇਨ ਤੋਂ ਹੇਠਾਂ ਉਤਾਰਿਆ ਜ਼ਖਮੀ ਡਰਾਈਵਰ ਅਤੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਸਾਰੇ ਯਾਤਰੀ ਖਤਰੇ ਤੋਂ ਬਾਹਰ ਹਨ ਦਿਲ ਦਾ ਦੌਰਾ ਪੈਣ ਵਾਲੇ ਯਾਤਰੀ ਦੀ ਹਾਲਤ ਵੀ ਹੁਣ ਠੀਕ ਹੈ ਡਰਾਈਵਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾ사 ਭਾਰਤੀ ਸਮੇਂ ਅਨੁਸਾਰ ਸੋਮਵਾਰ ਸ਼ਾਮ ਕਰੀਬ 7:30 ਵਜੇ ਵਾਪਰਿਆ ਇਕ ਰੇਲਗੱਡੀ ਮਾਚਿੰਲੇ ਤੋਂ ਸ਼ੇਸਬਰੀ ਜਾ ਰਹੀ ਇੱਕ ਰੇਲਗੱਡੀ ਨਾਲ ਟਕਰਾ ਗਈ ਹਾਸਾ ਦੇ ਕੇ ਡਰਾਈਵਰ ਬੇਹੋਸ਼ ਹੋ ਗਿਆ ਤਿੰਨ ਯਾਤਰੀਆਂ ਨੂੰ ਮਾਮਲੇ ਸੱਟਾਂ ਲੱਗੀਆਂ ਐਂਬੂਲੈਂਸ ਅਤੇ ਇੱਕ ਹੈਲੀਕਾਪਟਰ ਵਿੱਚ ਘਟਨਾ ਸਥਾਨ ਤੇ ਪਹੁੰਚੇ ਅਤੇ ਹੈਡਲਾਈਟਾਂ ਪਹਿਨਣ ਵਾਲੇ ਕਰਮਚਾਰੀਆਂ ਨੇ ਨੁਕਸਾਨੀਆਂ ਰੇਲਗੱਡੀਆਂ ਤੋਂ ਯਾਤਰੀਆਂ ਨੂੰ ਬਾਹਰ ਕੱਢਿਆ ਕਿਉਂਕਿ ਰੇਲ ਦੇ ਡੱਬੇ ਪ੍ਰਭਾਅ ਵਿੱਚ ਬੰਦ ਹੋ ਗਏ ਸਨ ਹਾਦਸੇ ਕਾਰਨ ਐਬਲਿਸਟ ਵਿਥ ਅਤੇ ਸ਼ੇਸਬਰੀ ਵਿੱਚ ਕਾਰ ਸਾਰੀਆਂ ਟ੍ਰੇਨਾਂ ਨੂੰ ਲੋਕ ਦਿੱਤਾ ਗਿਆ ਇਹ ਹਾਦਸਾ ਮੱਧ ਵੈਲਜ਼ ਵਿੱਚ ਬਿਲਕੁਲ ਬਾਹਰ ਕ੍ਰੈਂਬੀਅਨ ਲਾਈਨ ਦੇ ਵਾਪਰਿਆ ਸੀਗਾ ਰੇਲਵੇ ਨੇ ਵੀ ਆਪਣੇ ਇੰਜੀਨੀਅਰ ਨੂੰ ਹਾਸੇ ਵਾਲੀ ਥਾਂ ਤੇ ਭੇਜਿਆ ਜਿਨ੍ਹਾਂ ਨੇ ਹਾਸੇ ਤੇ ਕਾਰਨਾਂ ਦਾ ਜਾਂਚ ਕੀਤੀ ਵੈਲਜ਼ ਪ੍ਰਸ਼ਾਸਨ ਅਤੇ ਰਾਜ ਸਰਕਾਰ ਨੇ ਹਾਸੇ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ ਜੇਕਰ ਕੋਈ ਪੁਲਿਸ ਮੁਲਾਜ਼ਮ ਲੌਰੰਸ ਬਿਸ਼ਨੋਈ ਦਾ ਮੁਕਾਬਲਾ ਕਰਦਾ ਹੈ ਤਾਂ ਉਸ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਐਲਾਨ ਕਸ਼ਤਰੀ ਕਰਨੀ ਸੈਨਾ ਨੇ ਕੀਤਾ ਹੈ ਖਤਰੀ ਕਰਨੀ ਸੈਨਾ ਨੇ ਰਾਸ਼ਟਰੀ ਪ੍ਰਧਾਨ ਡਾਕਟਰ ਰਾਜ ਸ਼ਿਕਾਵਦ ਨੇ ਇਹ ਐਲਾਨ ਕੀਤਾ ਗੁਜਰਾਤ ਦੇ ਰਹਿਣ ਵਾਲੇ ਸ਼ਿਕਾਵਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਲੋਰਸ ਬਿਸ਼ਨੋਈ ਦਾ ਸਾਹਮਣਾ ਕਰਨ ਲਈ ਇਨਾਮ ਦਾ ਐਲਾਨ ਕਰਦਾ ਨਜ਼ਰ ਆ ਰਿਹਾ ਹੈ ਉਹ ਕਹਿੰਦਾ ਕਿ ਮੈਂ ਸਿਰਫ ਇਹ ਜਾਣਦਾ ਹਾਂ ਕਿ ਸਾਡੇ ਵਿਰਸੇ ਸਭ ਤੋਂ ਸਤਿਕਾਰਤ ਅਮਰ ਸ਼ੇਰ ਸੁਖਦੇਵ ਸਿੰਘ ਗੋਗਮੜੀ ਜੀ ਦਾ ਕਤਲ ਅਲੋਰਸ ਬਿਸ਼ਨੋਈ ਨੇ ਕੀਤਾ ਸੀ ਲੋਰਸ ਬਿਸ਼ਨੋਈ ਦਾ ਮੁਕਾਬਲਾ ਕਰਨ ਵਾਲੇ ਪੁਲਿਸ ਮਲਾਜ਼ਮ ਨੂੰ ਕਰਨੀ ਸੈਨਾ ਵੱਲੋਂ 1 ਕਰੋੜ 11 ਲੱਖ 11 ਹਜ਼ਾਰ ਅਤੇ 111 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਸਾਨੂੰ ਅਤੇ ਦੇਸ਼ ਵਾਸੀਆਂ ਨੂੰ ਡਰ ਤੋਂ ਮੁਕਤ ਭਰ ਦਿਲੋੜ ਹੈ ਡਰੇ ਹੋਏ ਨਹੀਂ ਸ਼ਿਕਾਵਤ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਕਸ਼ਤਰੀ ਕਰਨੀ ਸੇਨਾ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਲੋਰੈਂਸ ਬਿਸ਼ਨੋਈ ਦਾ ਇਨਕਾਊਂਟਰ ਕੀਤਾ ਜਾਵੇ ਪਿਛਲੇ ਸਾਲ ਕਰਨੀ ਸੇਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾ ਮੇਦੀ ਦਾ ਘਰ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ ਸੀ 5 ਦਸੰਬਰ 2023 ਨੂੰ ਹਮਲਾਵਾਰਾਂ ਨੂੰ ਉਸ ਨੂੰ ਮਿਲਣ ਦੇ ਬਹਾਨੇ ਰਾਜਸਥਾਨ ਦੇ ਜੈਪੁਰ ਸਿਤੂਜ਼ੇ ਘਰ ਆਏ ਅਤੇ ਗਲਬਾਤੁਰਨ ਅਚਾਨਕ ਗੋਲੀਆਂ ਚਲਾ ਕੇ ਗੋਗਾ ਮੇਦੀ ਦੀ ਹੱਤਿਆ ਕਰ ਦਿੱਤੀ ਗਈ ਲੋਰਸ ਬਿਸ਼ਨੋਈ ਗੈਂਗ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ ਇਹਨਾਂ ਜੀ ਦੇਸ਼ ਦੇਸ਼ ਨਾਲ ਜੁੜਿਆ ਹੋਇਆ ਕੋ ਜਿਤ तमाम ਤੇ ਚੌਨਵੀਆ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਰੀ ਯੂਐਸਟੀਵੀ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ